ਸਤਿ ਸ਼੍ਰੀ ਅਕਾਲ ਫਰੈਂਡ ਸਾਡੀ ਅੱਜ ਦੀ ਕਹਾਣੀ ਹੈ ਸਿਰੀ ਔਰ ਕਹਾਣੀ ਸ਼ੁਰੂ ਕਰਦੇ ਹਾਂ ਜਦ ਲੋਕਾਂ ਨੇ ਕੁਲਬੀਰ ਨੂੰ ਉਸਦੇ ਬਾਪ ਵੱਲੋਂ ਬੇਦਖਲ ਕਰਨ ਦੀ ਖਬਰ ਅਖਬਾਰਾਂ ਵਿੱਚ ਪੜੀ ਤਾਂ ਸਭ ਦਾ ਹੈਰਾਨੀ ਨਾਲ ਮੂੰਹ ਖੁੱਲ੍ਹਾ ਹੀ ਰਹਿ ਗਿਆ ਸਾਰਾ ਪਿੰਡ ਸਤੰਭ ਸੀ ਗੁਰਵੰਤ ਸਿੰਘ ਵੱਲੋਂ ਆਪਣੇ ਹੀ ਇਕਲੌਤੇ ਪੁੱਤਰ ਨੂੰ ਬੇਦਖਲ ਕਰਨਾ ਲੋਕਾਂ ਦੇ ਸੰਗ ਹੇਠੋਂ ਨਹੀਂ ਸੀ ਉਤਰ ਰਿਹਾ ਗੁਰਵੰਤ ਸਿੰਘ ਤਾਂ ਆਪਣੇ ਕੱਲੇ-ਕੱਲੇ ਪੁੱਤਰ ਤੇ ਜਾਨਵਾਰ ਦਾ ਸੀ ਲਹੂ ਢੋਲਦਾ ਸੀ ਕੁਲਬੀਰ ਦੇ ਇੱਕ ਬੋਲ ਤੇ ਗੁਰਵੰਤ ਸਿੰਘ ਆਪਣੇ ਆਪ ਨੂੰ ਸ਼ਰੀਆਮ ਨਿਲਾਮ ਕਰ ਸਕਦਾ ਸੀ ਉਹ ਆਪਣੇ ਇਕਲੌਤੇ ਪੁੱਤਰ ਦੇ ਮੂੰਹੋਂ ਨਿਕਲੀ ਗੱਲ ਨੂੰ ਪੁੰਝੇ ਨਹੀਂ ਸੀ ਡਿੱਗਣ ਦਿੰਦਾ ਸੀ ਹਰ ਵਾਲਾ ਕੀ ਪੂਰੀ ਕਰਦਾ ਸੀ ਗੁਰਵੰਤ ਸਿ ਇਹ ਵਿਆਹ ਹੋਏ ਨੂੰ 15 ਸਾਲ ਬੀਤ ਚੁੱਕੇ ਸਨ ਪਰ ਰੱਬ ਦੇ ਘਰੋਂ ਉਸ ਨੂੰ ਔਲਾਦ ਦੀ ਬਖਸ਼ਿਸ਼ ਨਾ ਹੋਈ ਰੱਬ ਨੂੰ ਮੰਨਣ ਵਾਲਾ ਗੁਰਵੰਤ ਸਿੰਘ ਆਪਣੀ ਜ਼ਿੰਦਗੀ ਵਿੱਚ ਮਸਤ ਰਿਹਾ ਲੋਕਾਂ ਨੇ ਉਸ ਨੂੰ ਚੈੱਕਅਪ ਕਰਵਾਉਣ ਲਈ ਪ੍ਰੇਰਿਆ ਪਰ ਉਸ ਨੇ ਕਿਸੇ ਦੀ ਪ੍ਰੇਰਨਾ ਦੀ ਪਰਵਾਹ ਨਾ ਕੀਤੀ ਬੁੜੀਆਂ ਨੇ ਵੀ ਸਾਧਾ ਸੰਤਾਂ ਦੀ ਦੱਸ ਪਾਈ ਪਰ ਗੁਰਵੰਤ ਸਿੰਘ ਸਾਧਾ ਨੂੰ ਵੈਸੇ ਹੀ ਬੂਬਨੇ ਸਮਝਦਾ ਸੀ ਉਹ ਆਮ ਹੀ ਆਖਦਾ ਜਿਹੜੇ ਰੋਟੀ ਖਾਤਰ ਦਰ ਦਰ ਭੌਂਕਦੇ ਫਿਰਦੇ ਆ ਤੁਹਾਨੂੰ ਮੁੰਡਾ ਕਿੱਥੋਂ ਦੇ ਦੇਣਗੇ ਗੁਰਵੰਤ ਸਿੰਘ ਦੀ ਘਰ ਵਾਲੀ ਗੁਰਦੇਵ ਕੌਰ ਵੀ ਰੱਬ ਅਸਰੇ ਹੀ ਤੁਰਨ ਵਾਲੀ ਸੰਤੋਖੀ ਔਰਤ ਸੀ ਉਸਨੇ ਵੀ ਇਸੇ ਸਾਧ ਦੇ ਡੇਰੇ ਜਾ ਕੇ ਮੱਥਾ ਨਾ ਰਗੜਿਆ ਉਹਨਾਂ ਦੋਹਾਂ ਜੀਆਂ ਦੀਆਂ ਤਾਂ ਸੱਚੇ ਰੱਬ ਤੇ ਹੀ ਆਸਾਂ ਸਨ ਡਰ-ਡਰਪਟ ਕਰਨ ਵਾਲੇ ਦੋਨੋਂ ਹੀ ਨਹੀਂ ਸਨ ਭੈਣ ਭਰਾਵਾਂ ਨੇ ਗੁਰਵੰਤ ਨੂੰ ਦੂਜਾ ਵਿਆਹ ਕਰਨ ਦੀ ਸਲਾਹ ਦਿੱਤੀ ਪਰ ਉਸਨੇ ਫਿਰ ਨਾ ਪੈਰਾਂ ਤੇ ਪਾਣੀ ਪੈਣ ਦਿੱਤਾ ਜੇ ਮੇਰੇ ਕਰਮਾਂ ਵਿੱਚ ਹਾਉ ਤਾਂ ਮੈਨੂੰ ਦੇਵੋ ਦੀ ਕੁੱਖੋਂ ਹੀ ਮਿਲ ਜਾਊ ਮੈਂ ਕਾਨੂੰ ਬਹੁਤੇ ਟਕਵੰਜ ਕਰਾਂ ਨਾਲੇ ਮੈਂ ਦੇਵੋ ਦਾ ਦਿਲ ਦੁਖੀ ਕਰੂੰ ਤੇ ਨਾਲੇ ਅਗਲੀ ਨੂੰ ਪਰੋਨ ਕੇ ਰੱਖ ਦੂੰ ਜੇ ਉਹਦੀ ਕੁੱਖੋਂ ਵੀ ਕੋਈ ਔਲਾਦ ਨਾ ਹੋਈ ਫੇਰ ਰੱਬ ਦਾ ਕੀ ਕਰ ਲਵਾਂਗੇ ਉਹ ਦੂਜੇ ਵਿਆਹ ਨੂੰ ਵੀ ਲਤ ਨਾ ਲਾਉਂਦਾ ਅਤੇ ਸੱਚੇ ਦਾਤੇ ਅੱਗੇ ਅਰਦਾਸਾਂ ਕਰਦਾ ਪੂਰੇ 18 ਸਾਲ ਬਾਅਦ ਉਸ ਦੀਆਂ ਅਰਦਾਸਾਂ ਦਰਗਾਹ ਪ੍ਰਵਾਨ ਹੋਈਆਂ ਗੁਰਵੰਤ ਸਿੰਘ ਦੇ ਘਰ ਤੇ ਰੱਬ ਦੀ ਮਿਹਰ ਹੋਈ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਉਹ ਕੋਈ ਹੋਰ ਖੁਸ਼ੀ ਮਨਾਉਣ ਦੀ ਜਗ੍ਹਾ ਉਹ ਸਿੱਧਾ ਗੁਰਦੁਆਰੇ ਪਹੁੰਚਿਆ ਅਤੇ ਸ਼ੁਕਰਾਨੇ ਦੀ ਅਰਦਾਸ ਕਰਾਈ ਹੁਕਮਨਾਮਾ ਲਿਆ ਤੇ ਕੱਕੇ ਦਾ ਨਾਮ ਕੱਕੇ ਤੇ ਨਿਕਲਿਆ ਘਰ ਆ ਕੇ ਉਸ ਨੇ ਪੁੱਤਰ ਦਾ ਨਾਂ ਕੁਲਬੀਰ ਸਿੰਘ ਰੱਖਿਆ ਲੋਕ ਗੁਰਵੰਤ ਨੂੰ ਵਧਾਈਆਂ ਦਿੰਦੇ ਤਾਂ ਉਹ एहਸਾਨ ਵਜੋਂ ਅਸਮਾਨ ਵੱਲ ਮੂੰਹ ਕਰਕੇ ਹੱਥ ਜੋੜ ਦਿੰਦਾ ਅਤੇ ਉਸ ਦਾ ਸ਼ੁਕਰਾਨਾ ਕਰਦਾ ਨਾ ਥੱਕਦਾ ਗੁਰਵੰਤ ਸਿੰਘ ਸਿੱਤਾ ਸਾਦਾ ਬੰਦਾ ਰੱਬ ਦੀਆਂ ਦਿੱਤੀਆਂ ਖਾਣ ਵਾਲਾ ਇਨਸਾਨ ਸੀ ਉਸ ਦੀ ਘਰ ਵਾਲੀ ਦੇਭੋ ਵੀ ਵੱਲ ਫੇਰ ਵਾਲੀ ਨਹੀਂ ਸੀ ਕੁਲਬੀਰ ਦੇ ਪੂਰੇ 1 ਸਾਲ ਦਾ ਹੋਣ ਤੇ ਗੁਰਵੰਤ ਨੇ ਡੰਡੌਤ ਕਰਨ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਇਆ ਰਿਸ਼ਤੇਦਾਰ ਬੁਲਾਏ ਅਤੇ ਭੈਣਾ ਭਾਂਜਿਆਂ ਨੂੰ ਦਾਨ ਪੁੰਨ ਵਜੋਂ ਲੀੜਾ ਕੱਪੜਾ ਵੀ ਦਿੱਤਾ ਗਿਆ ਗੁਰਵੰਤ ਸਿੰਘ ਅਤੇ ਗੁਰਦੇਵ ਕੌਰ ਅਤਿਅੰਤ ਖੁਸ਼ ਸਨ ਗੁਰਵੰਤ ਕੁਲਬੀਰ ਨੂੰ ਆਪਣੇ ਮੋਢਿਆਂ ਤੇ ਚੁੱਕੀ ਰੱਖਦਾ ਗੁਰਦੁਆਰੇ ਮੱਥਾ ਟਿਕਾ ਕੇ ਲਿਆਉਂਦਾ ਅਤੇ ਫਿਰ ਕੀਤ ਪਲਵਾਨੀ ਗੇੜੀ ਲਾਉਂਦਾ ਆਪ ਦੁੱਧ ਪੀਣ ਨੂੰ ਦਿੰਦਾ ਅਤੇ ਖੇਤਾਂ ਵਿੱਚ ਦੌੜ ਵੀ ਲਵਾਈ ਰੱਖਦਾ ਐਵੇਂ ਰਿਗਲ ਜਿਹਾ ਨਹੀਂ ਬਣਨਾ ਪੁੱਤ ਡੰਡਾ ਬੰਨਾ ਡੰਡਾ ਉਹ ਕੁਲਬੀਰ ਨੂੰ ਥਾਪੜਾ ਦੇ ਕੇ ਕਹਿੰਦਾ ਪੰਜਵੀਂ ਜਮਾਤ ਤੱਕ ਉਹ ਕੁਲਬੀਰ ਨੂੰ ਆਪ ਗੰਦੇੜੇ ਬਿਠਾ ਕੇ ਸਕੂਲ ਛੱਡ ਕੇ ਆਉਂਦਾ ਰਿਹਾ ਫਿਰ ਜਦ ਉਹ ਮਿਡਲ ਅਤੇ ਹਾਈ ਸਕੂਲ ਵਿੱਚ ਦਾਖਲ ਹੋਇਆ ਤਾਂ ਹੁਣ ਉਸ ਨੂੰ ਬਾਪੂ ਦੇ ਸਕੂਲ ਆਉਣ ਤੇ ਸ਼ਰਮ ਆਉਣ ਲੱਗ ਪਈ ਬਿਰਧ ਬਾਪੂ ਦੀ ਸੰਨ ਵਰਗੀ ਦਾੜੀ ਵੇਖ ਕੇ ਉਸ ਨੂੰ ਲੱਜ ਜਹੀ ਆ ਜਾਂਦੀ ਤੂੰ ਮੇਰੇ ਬੁੱਢੇ ਵਾਰੇ ਜਾ ਕੇ ਹੋਇਆ ਕੁਲਬੀਰਿਆ ਬਾਪੂ ਦੇ ਰਹਿਣ ਸਹਿਣ ਤੋਂ ਸ਼ਰਮ ਨਹੀਂ ਮੰਨੀਦੀ ਹੁੰਦੀ ਸਭ ਦੁਨੀਆ ਨੂੰ ਪਤਾ ਬਈ ਮੈਂ ਤੈਨੂੰ ਕਿੰਨੇ ਤਰਲਿਆਂ ਨਾਲ ਲਿਆ ਬੁੱਢਾ ਹੋ ਗਿਆ ਸੀ ਮੈਂ ਰੱਬ ਅੱਗੇ ਨੱਕ ਰਗੜਦਾ ਬਾਪੂ ਬੁੱਢੇ ਬਾਪੂ ਦੀ ਸ਼ਰਮ ਨਹੀਂ ਕਰੀਦੀ ਹੁੰਦੀ ਪਰ ਗੁਰਬੀਰ ਬਾਹਰਲੇ ਪਿੰਡਾਂ ਤੋਂ ਸਕੂਲ ਆਉਂਦੇ ਮੁੰਡਿਆਂ ਤੋਂ ਬੁੱਢੇ ਅਤੇ ਸਾਦੇ ਬਾਪੂ ਦੀ ਹੋਂਦ ਅਤੇ ਪਹਿਚਾਣ ਸ਼ਿਪਾਈ ਰੱਖਦਾ ਸੀ ਜਦ ਕਦੇ ਰਾਹਾ ਖੇੜੇ ਉਸ ਨੂੰ ਬਾਪੂ ਮਿਲ ਜਾਂਦਾ ਤਾਂ ਉਹ ਸ਼ਰਮਿੰਦਗੀ ਵਜੋਂ ਉਸ ਵੱਲੋਂ ਪਾਸਾ ਹੀ ਵੱਟ ਲੈਂਦਾ ਇਸ ਗੱਲ ਦਾ ਗੁਰਵੰਤ ਨੂੰ ਅਥਾ ਅਫਸੋਸ ਹੁੰਦਾ ਕਿ ਇੱਕੋ ਇੱਕ ਪੁੱਤਰ ਰੱਬ ਤੋਂ ਮਸਾਰਾ ਨਾ ਕਰ ਅੜ ਰਗੜ ਕੇ ਲਿਆਸੀ ਹੁਣ ਮੇਰੇ ਬੁਟਾਪੇ ਕਾਰਨ ਉਹ ਲੋਕਾਂ ਵਿੱਚ ਵੀ ਮਿਲਣੋਂ ਪਾਸਾ ਵੱਟਦਾ ਹੈ ਨਿਮੋਸ਼ੀ ਮੰਨਦਾ ਹੈ ਪਰ ਇਹ ਗੱਲ ਉਹ ਗੁਰਦੇਵ ਕੋਰ ਤੋਂ ਛਪਾਈ ਰੱਖਦਾ ਉਸਨੂੰ ਇਹ ਸੀ ਕਿ ਜਦ ਦੇਵੋਂ ਨੂੰ ਇਹ ਗੱਲ ਦਾ ਪਤਾ ਲੱਗੇਗਾ ਤਾਂ ਉਹ ਉਦਾਸ ਹੋ ਜਾਵੇਗੀ ਇਹ ਗੱਲ ਉਸ ਦੇ ਮਨ ਵਿੱਚ ਰੋੜ ਵਾਂਗ ਰੜਕਦੀ ਰਹਿੰਦੀ ਅਤੇ ਉਹ ਬੜੇ ਸਬਰ ਨਾਲ ਜਰਦਾ ਅਜੇ ਨਿਆਣਾ ਹੈ ਜਦ ਸਿਆਣਾ ਹੋ ਗਿਆ ਆਪੇ ਸਮਝ ਆਜੂਗੀ ਨਲਾਇਕ ਨੂੰ ਉਹ ਆਪਣੇ ਆਪ ਨੂੰ ਉੱਚੀ ਸਾਰੀ ਆਖ ਦਾ ਸਮਾ ਪਾ ਕੇ ਕੁਲਬੀਰ ਫੌਜ ਵਿੱਚ ਭਰਤੀ ਹੋ ਗਿਆ ਉਸ ਦਾ ਵਿਛੋੜਾ ਦੋਹਾਂ ਜੀਆਂ ਨੂੰ ਵਿਸ਼ੂ ਵਾਂਗ ਡਾਂਗਦਾ ਜੇ ਉਹਨੂੰ ساری ਉਮਰ ਇਹ ਕੰਨਾਲ ਲਈ ਰੱਖਾਂਗੇ ਤਾਂ ਉਹਦੀ ਜ਼ਿੰਦਗੀ ਇਤਬਾਕ ਕਰਾਂਗੇ ਦੇਬੋ ਫੌਜ ਵਿੱਚ ਜਾ ਕੇ ਉਹਨੂੰ ਲੋਕਾਂ ਵਿੱਚ ਰਹਿਣਾ ਬਹਿਣਾ ਆਜੂ ਇੱਥੇ ਪਿੰਡ 'ਚ ਰਹਿ ਕੇ ਤਾਂ ਆਪਣੇ ਵਰਗਾ ਉਜਾੜ ਹੀ ਬਣੂ ਫਿਰ ਆਪਣੇ ਮਰਿਆਂ ਤੋਂ ਆਪਾਂ ਨੂੰ ਹੀ ਦੋਸ਼ ਦਿਆ ਕਰੂਗਾ ਬਈ ਮੈਨੂੰ ਬਾਹਰਲੀ ਹਵਾ ਨਹੀਂ ਲੱਗਣ ਦਿੱਤੀ ਮੇਰੇ ਖੁਦਗਰਜ਼ ਮਾਪਿਆਂ ਨੇ ਆਖ ਕੇ ਉਹ ਆਪਣੇ ਆਪ ਨੂੰ ਹੀ ਤਰਵਾਸ ਤੇ ਦਿੰਦਾ ਪਰ ਦੇਬੂ ਚੁੱਪ ਰਹਿੰਦੀ ਕੁਲਬੀਰ ਦੀ ਬਦਲੀ ਫਿਰੋਜ਼ਪੁਰ ਦੀ ਹੋ ਗਈ ਅਤੇ ਉਸ ਦੀ ਚਿੱਠੀ ਆਈ ਕਿ ਮੈਨੂੰ 10 ਕਿਲੋ ਖੋਵਾ ਮਾਰ ਕੇ ਕਿਸੇ ਦੇ ਹੱਥ ਭੇਜ ਦਿਓ ਬਾਪੂ ਤਕਲੀਫ ਨਾ ਕਰੇ ਕਿਸੇ ਹੋਰ ਹੱਥ ਖੋਵਾ ਭੇਜ ਦੇਣਾ ਲੈ ਤਕਲੀਫ ਕਾਦੀ ਹੈ ਆ ਤਾਂ ਫਿਰੋਜ਼ਪੁਰ ਖੜੇ ਮੈਂ ਆਪਣੇ ਸ਼ੇਰ ਨੂੰ ਆਪ ਖੋਵਾ ਮਾਰ ਕੇ ਹੱਥੀ ਦੇ ਕੇ ਆਉਂ ਸਿਆਣੇ ਕਹਿੰਦੇ ਆ ਹੱਥੀ ਵਣਜ ਪਰਾਈ ਖੇਤੀ ਕਦੇ ਨਾ ਹੁੰਦੇ ਬੱਤੀਆਂ ਤੋਂ ਤੇਤੀ ਤੂੰ ਖੋਵਾ ਮਾਰ ਮੈਂ ਆ ਫੜਾ ਕੇ ਆਉ ਮੇਰੇ ਸ਼ੇਰ ਬੱਗੇ ਨੂੰ ਖੋਵਾ ਗੁਰਦੇਵ ਕੋ ਸਾਰੀ ਰਾਤ ਖੋਵਾ ਮਾਰਦੀ ਰਹੀ ਗੁਰਵੰਤ ਨੇ 2 ਘੰਟੇ ਸੌਂ ਲਿਆ ਸੀ ਸਵੇਰੇ ਉਹ ਤੁਰ ਕੇ ਹੀ ਅੰਮ੍ਰਿਤਸਰ ਪਹੁੰਚਿਆ ਅਤੇ ਉਥੋਂ ਬਸ ਫੜ ਕੇ ਫਿਰੋਜ਼ਪੁਰ ਜਾ ਉਤਰਿਆ ਖੋਏ ਦਾ ਪੀਪਾ ਉਸਨੇ ਬੜੇ ਉਤਸ਼ਾਹ ਨਾਲ ਮੋਡਿਆਂ ਤੇ ਚੱਕਿਆ ਹੋਇਆ ਸੀ ਉਹ ਖੋਵਾ ਉਸਦੇ ਪੁੱਤਰ ਨੇ ਖਾਣਾ ਸੀ ਖਾ ਕੇ ਸਰੀਰ ਬਣਾਉਣਾ ਸੀ ਫੌਜ ਦੀ ਨੌਕਰੀ ਕਰਨੀ ਸੀ ਚਾਰ ਪੈਸੇ ਜੋੜ ਕੇ ਉਸ ਦੀ ਵਿਆਹ ਵੀ ਕਰਾਂਗੇ ਤੇ ਫਿਰ ਮੇਰੇ ਪੋਤੇ ਮੇਰੇ ਮੋਢਿਆਂ ਤੇ ਖੇਡਿਆ ਕਰਨਗੇ ਘਰ ਰੌਣਕ ਲੱਗੀ ਰਿਹਾ ਕਰੇਗੀ ਕੀ ਹੋ ਗਿਆ ਰੱਬ ਨੇ ਮੈਨੂੰ ਬੁੱਢੇ ਹੋਏ ਨੂੰ ਪੁੱਤ ਦਿੱਤਾ ਅਜੇ ਤਾਂ ਮੈਂ ਵੀ ਘੋੜੇ ਵਰਗਾ ਤੁਰਿਆ ਫਿਰਦਾ ਵੁਣਤੀਆਂ ਬੁਣਦਾ ਉਹ ਐਡਰੈਸ ਵਾਲੀ ਚਿੱਠੀ ਹੱਥ ਵਿੱਚ ਫੜੀ ਲੋਕਾਂ ਨੂੰ ਵਿਖਾਉਂਦਾ ਆਰਮੀ ਦੀ ਸ਼ੌਣੀ ਪਹੁੰਚ ਗਿਆ ਸ਼ੌਣੀ ਦੇ ਬਾਹਰ ਖੜੇ ਫੌਜੀਆ ਨੂੰ ਉਸ ਨੇ ਕੁਲਬੀਰ ਦਾ ਨਾਂ ਲੈ ਕੇ ਖੋਵਾ ਲਿਆਉਣ ਬਾਰੇ ਦੱਸਿਆ ਤਾਂ ਕੁਲਬੀਰ ਦੀ ਉਮਰ ਦਾ ਫੌਜੀ ਜਵਾਨ ਕੁਆਟਰ ਵੱਲ ਨੂੰ ਚਲਾ ਗਿਆ ਅਤੇ ਕੁਝ ਪਲਾਂ ਵਿੱਚ ਹੀ ਫੌਜੀ ਵਰਦੀ ਵਿੱਚ ਕੱਸਿਆ ਕੁਲਬੀਰ ਆਉਂਦਾ ਦਿਸਿਆ ਤਾਂ ਗੁਰਵੰਤ ਦਾ ਸੀਨਾ ਗੱਜ ਚੌੜਾ ਹੋ ਗਿਆ ਗੁਰਵੰਤ ਨੇ ਖੋਏ ਵਾਲਾ ਪੀਪਾ ਪਾਸੇ ਰੱਖ ਕੇ ਪੁੱਤ ਨੂੰ ਗਲਵਕੜੀ ਪਾ ਜਾ ਪਾਈ ਉਸ ਦਾ ਕਾਲਜਾ ਠਰ ਗਿਆ ਜਿਵੇਂ ਰੇਗਿਸਤਾਨ ਵਿੱਚ ਸੀਤ ਕਣੀ ਡਿੱਗਦੀ ਹੈ ਜੁਗੜਿਆਂ ਤੋਂ ਪਿਆਸੇ ਪਪੀਹੇ ਦੇ ਮੂੰਹ ਵਿੱਚ ਸਵਾਤੀ ਬੂੰਦ ਪੈਣ ਵਾਂਗ ਪਰ ਕੁਲਬੀਰ ਉਸ ਨੂੰ ਮਿਲਣ ਵਿੱਚ ਸੰਕੋਚ ਕਰ ਰਿਹਾ ਸੀ ਯਾਰ ਕਿੰਨੀ ਦੂਰੋਂ ਬੰਦਾ ਖੋਵਾ ਲੈ ਕੇ ਆਇਆ ਚਾਹ ਪਾਣੀ ਤਾਂ ਪੁੱਛ ਲੈ ਕਿਸੇ ਫੌਜੀ ਸਾਥੀ ਨੇ ਟਕੋਰ ਮਾਰੀ ਕੁਲਬੀਰ ਬਾਪ ਨੂੰ ਅੰਦਰ ਲੈ ਗਿਆ ਉਸਨੇ ਆਪਣੇ ਮੂੰਹੋਂ ਇੱਕ ਵਾਰ ਵੀ ਬਾਪੂ ਜੀ ਨਹੀਂ ਕਿਹਾ ਸੀ ਇਹ ਹੀ ਕਾਰਨ ਸੀ ਕਿ ਗੁਰਵੰਤ ਦੀ ਹਿੱਕ ਸੜ ਗਈ ਸੀ ਅਤੇ ਕਾਲਜਾ ਲੂਹਿਆ ਗਿਆ ਸੀ ਉਸਨੇ ਬਾਪੂ ਨੂੰ ਫੌਜੀ ਕੰਟੀਨ ਵਿੱਚ ਬੈਠਾ ਦਾਰੂਖਾ ਜਿਹਾ ਇਸ਼ਾਰਾ ਕੀਤਾ ਜਿਵੇਂ ਸੱਤ ਬਗਾਨਿਆਂ ਨੂੰ ਕਰੀਦਾ ਹੈ ਬਾਪੂ ਹੋਰ ਅਵਾਜ਼ਾਰ ਹੋ ਗਿਆ ਉਸਤੇ ਅਹਿਸਾਸ ਕਤਲ ਹੋ ਗਏ ਅਤੇ ਜਜ਼ਬਾਤ ਖੂਨੋਂ ਖੂਨ ਇੱਕ ਫੌਜੀ ਜਵਾਨ ਚਾਹ ਦਾ ਕੱਪ ਅਤੇ ਗੁੱਲੂਗੋਜ਼ ਦੇ ਬਿਸਕਟ ਗੁਰਵੰਤ ਦੇ ਅੱਗੇ ਰੱਖ ਗਿਆ ਕੌਣ ਆਇਆ ਕੰਟੀਨ ਦੇ ਇੱਕ ਪਾਸੇ ਖੜੇ ਫੌਜੀਆ ਨੇ ਕੁਲਬੀਰ ਨੂੰ ਪੁੱਛਿਆ ਬਾਪੂ ਜੀ ਆਏ ਐ ਕੁਲਬੀਰ ਦੇ ਮੂੰਹੋਂ ਮੇਰੇ ਬਾਪੂ ਜੀ ਸੁਣਨ ਲਈ ਗੁਰਵੰਤ ਦੇ ਕੰਨ ਤਰਸੇ ਪਏ ਸਨ ਸਾਡਾ ਸੀਰੀ ਆਇਆ ਬਾਪੂ ਜੀ ਤਾਂ ਢਿੱਲੇ ਸੀ ਆ ਨਹੀਂ ਸਕੇ ਖੋਵਾ ਦੇ ਕੇ ਉਹਨਾਂ ਨੇ ਸਿਰੀ ਨੂਈ ਭੇਜਤਾ ਕੁਲਬੀਰ ਦੇ ਮੂੰਹੋਂ ਨਿਕਲੇ ਸ਼ਬਦ ਗੁਰਵੰਤ ਦੀ ਰੂਹ ਵਲੁੰਦਰ ਗਏ ਅਤੇ ਉਹ ਚਾਹ ਤੇ ਬਿਸਕਟ ਛੱਡ ਕੇ ਆਪਣੇ ਰਸਤੇ ਪੈ ਗਿਆ ਸਾਰੀ ਉਮਰ ਕਿਸੇ ਬੱਚੇ ਦੇ ਮੂੰਹੋਂ ਬਾਪੂ ਸ਼ਬਦ ਨੂੰ ਤਰਸਦਾ ਗੁਰਵੰਤ ਅੰਦਰੋਂ ਲਹੂ ਲੋਹਾਨ ਹੋਇਆ ਪਿਆ ਸੀ ਅਤੇ ਉਸ ਦੀ ਆਤਮਾ ਵਿਲ ਕੀ ਜਾ ਰਹੀ ਸੀ ਕਰੇ ਪਹੁੰਚਣ ਦੀ ਬਜਾਏ ਉਹ ਅਖਬਾਰ ਦੇ ਦਫ਼ਤਰ ਪਹੁੰਚਿਆ ਅਤੇ ਬੇਦਖਲੀ ਦਾ ਨੋਟਿਸ ਦੇ ਦਿੱਤਾ ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫੋਰ ਮੋਰ ਵੀਡੀਓਜ਼ ਪਲੀਜ਼ ਲਾਈਕ ਐਂਡ ਸ਼ੇਅਰ ਬਾਏ ਬਾਏ